ਗੁੱਡ ਮਾਰਨਿੰਗ ਬੇਟਾ, ਅੱਜ ਆਪਾਂ ਕੋਈ ਵੀ ਕਲਾਸ ਲਾਉਣ ਤੋਂ ਪਹਿਲਾਂ ਸਿਲੇਬਸ ਡਿਸਕਸ ਕਰਾਂਗੇ ਸਾਰੀਆਂ ਕਲਾਸਿਸ ਦਾ। ਸਾਰੇ ਬੱਚਿਆਂ ਨੇ ਇਹ ਵੀਡੀਓ ਵੇਖ ਕੇ ਆਪਣੀਆਂ ਨੋਟਬੁੱਕਸ 'ਤੇ ਨੋਟ ਕਰਨਾ ਬੇਟੇ, ਸਿਲੇਬਸ ਤੁਹਾਡਾ ਅਪ੍ਰੈਲ ਅਤੇ ਮਈ ਦੋ ਮਹੀਨਿਆਂ ਦਾ ਤੁਹਾਡਾ ਸਿਲੇਬਸ ਆ ਜਿਹੜਾ ਉਹ ਮੈਂ ਤੁਹਾਨੂੰ ਨੋਟ ਕਰਵਾਊਂਗੀ। ਵੈਸੇ ਤਾਂ ਸਾਰੇ ਸਾਲ ਦਾ ਸਿਲੇਬਸ ਸਾਡੇ ਕੋਲ ਆਇਆ ਵਿਆ, ਪਰ ਆਪਾਂ ਦੋ ਦੋ ਮਹੀਨਿਆਂ ਦਾ ਸਿਲੇਬਸ ਕਰਕੇ ਜਿਹੜਾ ਹੈਗਾ ਤਿਆਰੀ ਕਰਾਂਗੇ ਪੇਪਰ ਦੀ। ਆਪਾਂ ਨੂੰ ਦੋ ਮਹੀਨਿਆਂ ਦਾ ਜਿਹੜਾ ਸਿਲੇਬਸ ਆਇਆ ਮੈਂ ਕਲਾਸ ਵਾਈਜ਼ ਨੋਟ ਕਰਵਾਉਣ ਲੱਗੀ ਹਾਂ। ਤੁਸੀਂ ਆਪਣੀ ਕਲਾਸ ਦਾ ਸਿਲੇਬਸ ਆਪਣੀ ਫੇਅਰ ਕਾਪੀ ਦੇ ਜੇ ਤਾਂ ਅੱਗੇ ਪੇਜ ਹੈਗਾ ਉੱਥੇ, ਨਹੀਂ ਤਾਂ ਜਿਸ ਦਿਨ ਵੀ ਇਹ ਵੀਡੀਓ ਤੁਸੀਂ ਦੇਖੋਗੇ ਉਸ ਦਿਨ ਤੁਸੀਂ ਇੱਕ ਪੇਜ ਦੇ ਉੱਤੇ ਨੋਟ ਕਰ ਲੈਣਾ ਕਿ ਸਾਡਾ ਦੋ ਮਹੀਨੇ ਅਪ੍ਰੈਲ ਅਤੇ ਮਈ ਦਾ ਸਿਲੇਬਸ ਆ ਉਹ ਕਿਹੜੇ ਕਿਹੜੇ ਚੈਪਟਰ ਆ, ਤਾਂ ਕਿ ਬੇਟੇ ਤੁਹਾਨੂੰ ਪਤਾ ਹੋਵੇ ਕਿ ਅਸੀਂ ਦੇਖੋ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਹਾਰਡਲੀ ਇੱਕ ਅਤੇ ਦੋ ਮਹੀਨਿਆਂ ਵਿੱਚ ਕੁੱਲ ਮਿਲਾ ਕੇ ਤਿੰਨ ਚੈਪਟਰ ਮੈਕਸੀਮਮ ਤੁਹਾਡੇ ਹੋਣਗੇ। ਤਾਂ ਤਿੰਨ ਚੈਪਟਰ ਕਰਨੇ ਕੋਈ ਔਖੇ ਨਹੀਂ ਹੈਗੇ ਜੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਧਿਆਨ ਨਾਲ ਦੇਖੋਗੇ, ਉਹਨਾਂ ਨੂੰ ਫੋਲੋ ਕਰੋਗੇ। ਤਾਂ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਲਾਸ ਸਿਕਸਥ ਦੀ। ਕਲਾਸ ਸਿਕਸਥ ਦੀ ਜਿਹੜੀ ਨਵੀਂ ਬੁੱਕ ਆਈ ਆ ਉਹਦੇ ਅਕੋਰਡਿੰਗ ਇਹ ਸਿਲੇਬਸ ਆ। ਪਹਿਲਾਂ ਤਾਂ ਤੁਹਾਨੂੰ ਮੁੱਢਲੀਆਂ ਤੁਹਾਡੇ ਕੰਸੈਪਟ ਹੈਗੇ ਆ, ਮੁੱਢਲੀਆਂ ਧਾਰਨਾਵਾਂ ਬੇਸਿਕ ਕੰਸੈਪਟ ਉਹਦੀ ਦੁਹਰਾਈ ਆ, ਠੀਕ ਹੈ। ਫਿਰ ਸੈਕਿੰਡ ਜਿਹੜਾ ਤੁਹਾਡਾ ਹੈਗਾ ਆਪਣੀਆਂ ਸੰਖਿਆਵਾਂ ਨੂੰ ਜਾਣਨਾ, ਨੋਇੰਗ ਅਵਰ ਨੰਬਰਸ, ਇਹ ਬੇਟੇ ਤੁਹਾਡਾ ਪਹਿਲਾ ਚੈਪਟਰ ਆ। ਇਹ ਮੈਂ ਤੁਹਾਨੂੰ ਸਾਰੀਆਂ ਵੀਡੀਓਜ਼ ਇਸ ਚੈਪਟਰ ਦੀਆਂ ਪਾ ਚੁੱਕੀ ਹਾਂ, ਆਪਣਾ ਚੈਪਟਰ ਆ ਜਿਹੜਾ ਇਹ ਕੰਪਲੀਟ ਹੋ ਗਿਆ। ਤਾਂ ਇਹ ਤੁਸੀਂ ਨੋਟ ਕਰ ਲੈਣਾ ਆਪਣੀਆਂ ਨੋਟਬੁੱਕਸ 'ਤੇ। ਅਤੇ ਹੁਣ ਜਿਹੜਾ ਆਪਾਂ ਅਗਲਾ ਚੈਪਟਰ ਸ਼ੁਰੂ ਕਰਨਾ ਜਿਹੜਾ ਤੁਹਾਡਾ ਅਪ੍ਰੈਲ ਅਤੇ ਮਈ ਦੇ ਸਿਲੇਬਸ ਦੇ ਵਿੱਚ ਆਉਂਦਾ ਉਹ ਹੈਗਾ ਪੂਰਨ ਸੰਖਿਆਵਾਂ, ਇਹ ਤੁਹਾਡਾ ਦੂਜਾ ਚੈਪਟਰ ਆ। ਅਤੇ ਚੈਪਟਰ ਇੰਗਲਿਸ਼ ਦੇ ਵਿੱਚ ਚੈਪਟਰ ਦਾ ਨਾਮ ਆ ਜਿਹੜਾ ਉਹ ਕੀ ਆ, ਹੋਲ ਨੰਬਰਸ, ਠੀਕ ਹੈ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਸੱਤਵੀਂ ਕਲਾਸ ਦੇ ਬੱਚਿਆਂ ਦੀ। ਤਾਂ ਤੁਹਾਡਾ ਬੇਟੇ ਸਾਰਿਆਂ ਤੋਂ ਪਹਿਲਾ ਚੈਪਟਰ ਆ ਸੰਪੂਰਨ ਸੰਖਿਆਵਾਂ ਇੰਟੀਜਰਸ, ਜਿਹੜਾ ਕਿ ਆਪਾਂ ਕਰ ਚੁੱਕੇ ਹਾਂ ਸਾਰੇ ਚੈਪਟਰ ਦੀਆਂ ਮੈਂ ਤੁਹਾਨੂੰ ਵੀਡੀਓਜ਼ ਭੇਜੀਆਂ ਵੀ ਹਾਂ। ਤਾਂ ਤੁਸੀਂ ਜੇ ਹਜੇ ਨਹੀਂ ਕੀਤਾ ਤਾਂ ਵੀਡੀਓਜ਼ ਨੂੰ ਦੇਖ ਕੇ ਇਹ ਚੈਪਟਰ ਆ ਜਿਹੜਾ ਕੰਪਲੀਟ ਕਰ ਲਓ। ਫਿਰ ਤੁਹਾਡਾ ਨੈਕਸਟ ਚੈਪਟਰ ਸੈਕਿੰਡ ਚੈਪਟਰ ਆ, ਚੈਪਟਰ ਦਾ ਨਾਮ ਆ ਭਿੰਨਾਂ ਅਤੇ ਦਸ਼ਮਲਵ, ਫਰੈਕਸ਼ਨਸ ਐਂਡ ਡੈਸੀਮਲਸ, ਇਹ ਤੁਹਾਡਾ ਸੈਕਿੰਡ ਚੈਪਟਰ ਆ ਸੈਵਨਥ ਕਲਾਸ ਦਾ। ਅਤੇ ਥਰਡ ਚੈਪਟਰ ਤੁਹਾਡਾ ਅੰਕੜਿਆਂ ਦਾ ਪ੍ਰਬੰਧਨ, ਡਾਟਾ ਹੈਂਡਲਿੰਗ, ਇਹ ਤੁਹਾਡਾ ਤੀਜਾ ਚੈਪਟਰ ਆ, ਠੀਕ ਹੈ ਜੀ। ਤਾਂ ਇਹ ਛੇਵੀਂ ਅਤੇ ਸੱਤਵੀਂ ਦਾ ਸਿਲੇਬਸ ਆ। ਤੁਸੀਂ ਇਸ ਸਿਲੇਬਸ ਦੇ ਅਕੋਰਡਿੰਗ ਆਪਣੀ ਤਿਆਰੀ ਰੱਖਣੀ ਆ, ਅਸੀਂ ਜਦੋਂ ਮਰਜ਼ੀ ਤੁਹਾਡੇ ਟੈਸਟ ਆ ਜਿਹੜੇ ਉਹ ਲੈ ਸਕਦੇ ਹਾਂ। ਕਲਾਸ ਏਟਥ ਵੇਖੋ, ਸਾਰਿਆਂ ਤੋਂ ਪਹਿਲਾਂ ਤੁਹਾਡਾ ਚੈਪਟਰ ਹੈਗਾ ਪਰਮੇਯ ਸੰਖਿਆਵਾਂ, ਇਹ ਚੈਪਟਰ ਨੰਬਰ ਵਨ ਆ ਤੁਹਾਡਾ। ਰੈਸ਼ਨਲ ਨੰਬਰਸ, ਇਹ ਆਪਾਂ ਕਰ ਚੁੱਕੇ ਹਾਂ, ਇਹਦੀਆਂ ਵੀਡੀਓਜ਼ ਆ ਜਿਹੜੀਆਂ ਪਾਈਆਂ ਗਈਆਂ ਚੈਨਲ 'ਤੇ। ਜੇ ਤੁਸੀਂ ਨਹੀਂ ਕੰਪਲੀਟ ਕੀਤਾ ਤਾਂ ਇਸ ਚੈਪਟਰ ਨੂੰ ਤੁਸੀਂ ਕਰਨਾ ਸਟਾਰਟ ਕਰੋ ਅਤੇ ਰਿਵੀਜ਼ਨ ਸ਼ੁਰੂ ਕਰੋ, ਜਲਦੀ ਅਸੀਂ ਟੈਸਟ ਲੈਣੇ ਤੁਹਾਡੇ ਸਟਾਰਟ ਕਰਦੇ ਰਹੇ ਹਾਂ। ਫਿਰ ਉਸ ਤੋਂ ਬਾਅਦ ਤੁਹਾਡਾ ਸੈਕਿੰਡ ਚੈਪਟਰ ਇੱਕ ਚੱਲ ਵਾਲੇ ਰੇਖੀ ਸਮੀਕਰਨ, ਲੀਨੀਅਰ ਇਕੁਏਸ਼ਨਸ ਇਨ ਵਨ ਵੇਰੀਏਬਲਸ। ਫਿਰ ਤੁਹਾਡਾ ਥਰਡ ਚੈਪਟਰ ਆ ਬੇਟਾ ਚਤੁਰਭੁਜਾਵਾਂ ਨੂੰ ਸਮਝਣਾ, ਅੰਡਰਸਟੈਂਡਿੰਗ ਕੁਆਡੀਲੇਟਰਲਸ, ਠੀਕ ਹੈ। ਅਤੇ ਫਿਰ ਤੁਹਾਡਾ ਲਾਸਟ ਚੈਪਟਰ ਆ ਚੈਪਟਰ 16, 16ਵਾਂ ਚੈਪਟਰ ਆ ਸੰਖਿਆਵਾਂ ਦੇ ਨਾਲ ਖੇਡਣਾ, ਪਲੇਇੰਗ ਵਿਦ ਨੰਬਰਸ। ਤਾਂ ਤੁਹਾਡੇ ਦੇਖੋ ਕਿੰਨੇ ਚੈਪਟਰ ਆ, ਕੁੱਲ ਦੋ ਮਹੀਨਿਆਂ ਦੇ ਵਿੱਚ ਚਾਰ ਚੈਪਟਰ ਆ ਜਿਹੜੇ ਤੁਸੀਂ ਕਰਨੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਚੈਪਟਰ ਸਾਡਾ ਹੋ ਚੁੱਕਿਆ। ਹੁਣ ਰਹਿ ਗਿਆ ਆਪਣਾ ਦੂਜਾ ਚੈਪਟਰ, ਮੈਂ ਸ਼ੁਰੂ ਕਰਵਾ ਦੇਣਾ ਬਹੁਤ ਛੇਤੀ, ਤੁਹਾਨੂੰ ਵੀਡੀਓ ਉਹਦੀ ਆ ਜੂਗੀ। ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਪਹਿਲੇ ਚੈਪਟਰ ਦੇ ਸਮ ਸੋਲਵ ਕਰਕੇ ਸਾਰੇ ਬੱਚੇ ਉਹਦੀਆਂ ਪਿਕਸ ਸੈਂਡ ਕਰੋਗੇ। ਬੇਟੇ ਤੁਸੀਂ ਖੁਦ ਰਿਸਪੋਂਸੀਬਲ ਹਾਂ ਹੁਣ ਆਪਣਾ ਕੰਮ ਪੂਰਾ ਕਰਨ ਦੇ ਵਿੱਚ, ਅਸੀਂ ਤਾਂ ਤੁਹਾਡੇ ਲਈ ਡੇਲੀ ਵੀਡੀਓਜ਼ ਬਣਾ ਕੇ ਭੇਜ ਰਹੇ ਹਾਂ, ਜੂਮ 'ਤੇ ਕਲਾਸਿਸ ਵੀ ਲਾ ਰਹੇ ਹਾਂ। ਤਾਂ ਜੇ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆ ਤੁਸੀਂ ਸਕੂਲ ਆ ਕੇ ਕਦੇ ਸਾਡੇ ਨਾਲ ਡਿਸਕਸ ਕਰ ਸਕਦੇ ਹਾਂ, ਬਟ ਮਾਸਕ ਲਾ ਕੇ ਆਉਣਾ ਸਕੂਲ। ਤਾਂ ਇਹ ਹੋ ਗਿਆ ਕਲਾਸ ਏਟਥ ਦਾ ਸਿਲੇਬਸ, ਤੁਹਾਡੀ ਬੋਰਡ ਦੀ ਕਲਾਸ ਆ, ਇਸ ਲਈ ਤੁਸੀਂ ਹੁਣੇ ਤੋਂ ਸੀਰੀਅਸਲੀ ਪੜ੍ਹੋ, ਠੀਕ ਹੈ। ਤਾਂ ਹੁਣ ਆਪਾਂ ਡਿਸਕਸ ਕਰਦੇ ਹਾਂ ਕਲਾਸ ਨਾਈਨਥ। ਹਾਂਜੀ, ਨਾਈਨਥ ਕਲਾਸ ਦੇ ਬੱਚੇ ਵੀ ਆਪਣਾ ਸਿਲੇਬਸ ਆ ਜਿਹੜਾ ਨੋਟ ਕਰ ਲਓ ਬੇਟਾ।
ਤਾਂ ਤੁਹਾਡਾ ਸਾਰਿਆਂ ਤੋਂ ਪਹਿਲਾਂ ਜਿਹੜਾ ਪਹਿਲਾ ਹੀ ਚੈਪਟਰ ਆ ਸੰਖਿਆ ਪ੍ਰਣਾਲੀ ਨੰਬਰ ਸਿਸਟਮ, ਆਪਾਂ ਇਹ ਚੈਪਟਰ ਆ ਜਿਹੜਾ ਕਰ ਵੀ ਚੁੱਕੇ ਹਾਂ, ਤਾਂ ਮੈਨੂੰ ਵੀ ਲੱਗਦਾ ਕਿ ਤੁਸੀਂ ਇਹ ਚੈਪਟਰ ਆਪਣੀਆਂ ਨੋਟਬੁੱਕਸ 'ਤੇ ਕਰ ਲਿਆ ਹੋਊਗਾ, ਕਿਉਂਕਿ ਮੈਕਸੀਮਮ ਜਿਹੜੀਆਂ ਪਿਕਸ ਆ ਮੈਨੂੰ 9th ਕਲਾਸ ਦੇ ਸਟੂਡੈਂਟਸ ਦੀਆਂ ਹੀ ਆ ਰਹੀਆਂ। ਤਾਂ ਬਹੁਤ ਹੀ ਵਧੀਆ ਬੇਟੇ, ਜਿਨ੍ਹਾਂ ਨੇ ਨਹੀਂ ਵੀ ਕੀਤਾ ਆਪਣਾ ਹਜੇ ਕੰਮ ਸ਼ੁਰੂ, ਤਾਂ ਉਹ ਕਰਕੇ ਅਤੇ ਆਪਣਾ ਪਹਿਲਾ ਚੈਪਟਰ ਆ ਜਿਹੜਾ ਉਹਦੀ ਰਿਵੀਜ਼ਨ ਕਰ ਲਓ। ਫਿਰ ਤੁਹਾਡਾ ਦੂਜਾ ਚੈਪਟਰ ਆ ਪੋਲੀਨੋਮੀਅਲਸ, ਅਤੇ ਨਾਲ ਹੀ ਸਿਲੇਬਸ ਦੇ ਵਿੱਚ ਤੀਜਾ ਚੈਪਟਰ ਵੀ ਆ ਕੋਆਰਡੀਨੇਟਸ ਜਿਓਮੈਟਰੀ। ਫਿਰ ਤੁਹਾਡਾ ਬੇਟੇ ਚੌਥਾ ਚੈਪਟਰ ਹਜੇ ਅਪ੍ਰੈਲ ਅਤੇ ਮਈ ਦੇ ਸਿਲੇਬਸ ਵਿੱਚ ਨਹੀਂ ਹੈਗਾ, ਤੁਹਾਡਾ ਇਸ ਤੋਂ ਬਾਅਦ ਪੰਜਵਾਂ ਚੈਪਟਰ, ਠੀਕ ਹੈ, ਯੂਕਲਿਡ ਜਿਓਮੈਟਰੀ ਦੀ ਇੰਟਰੋਡਕਸ਼ਨ ਆ ਤੁਹਾਨੂੰ, ਤਾਂ ਉਹ ਤੁਹਾਡਾ ਚੌਥਾ ਚੈਪਟਰ ਹੈਗਾ, ਮਤਲਬ ਗਿਣਤੀ ਵਾਈਜ਼ ਤੁਹਾਡਾ ਚੌਥਾ ਚੈਪਟਰ ਆ, ਪਰ ਬੁੱਕ ਦੇ ਵਿੱਚ ਚੈਪਟਰ ਨੰਬਰ 5 ਆ 9th ਕਲਾਸ ਦਾ। ਤਾਂ ਇਹ ਤੁਸੀਂ ਨੋਟ ਕਰ ਲਓ ਆਪਣੇ ਚਾਰੇ ਜਿਹੜੇ ਚੈਪਟਰ ਆਪਣੀ ਕਾਪੀ 'ਤੇ, ਆਪਾਂ ਇਸ ਅਕੋਰਡਿੰਗਲੀ ਆਪਣਾ ਸਿਲੇਬਸ ਆ ਜਿਹੜਾ ਕਰਾਂਗੇ। ਪਹਿਲਾ ਚੈਪਟਰ ਹੁਣ ਆਪਣਾ ਹੋ ਚੁੱਕਿਆ, ਅਤੇ ਸੈਕਿੰਡ ਚੈਪਟਰ ਦੀ ਜਲਦੀ ਤੁਹਾਨੂੰ ਵੀਡੀਓ ਮਿਲ ਜਾਊਗੀ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਲਾਸ 10th ਦੀ। ਹਾਂਜੀ, ਕਲਾਸ 10th ਬੇਟਾ ਤੁਹਾਡਾ ਜਿਹੜਾ ਅਪ੍ਰੈਲ ਅਤੇ ਮਈ ਦਾ ਦੋ ਮਹੀਨਿਆਂ ਦਾ ਜਿਹੜਾ ਸਿਲੇਬਸ ਆ ਉਹਨੂੰ ਬਹੁਤ ਹੀ ਧਿਆਨ ਨਾਲ ਤੁਸੀਂ ਨੋਟ ਕਰਨਾ, ਅਤੇ ਨਾਲ ਹੀ ਸ਼ੁਰੂ ਤੋਂ ਤੁਸੀਂ ਮਿਹਨਤ ਕਰਨੀ ਆ, ਕਿਉਂਕਿ 9th ਕਲਾਸ ਦਾ ਵੀ ਜਿਹੜਾ ਸੀਗਾ ਆਪਣਾ ਥੋੜ੍ਹਾ ਟਾਈਮ ਹੀ ਸਕੂਲ ਦੇ ਵਿੱਚ ਤੁਸੀਂ ਲਾਇਆ ਸੀ, ਉਹਦੇ ਕਰਕੇ ਤੁਹਾਡਾ ਆਲਰੇਡੀ ਲੋਸ ਕਾਫੀ ਹੋ ਚੁੱਕਿਆ। ਫਿਰ ਵੀ ਮੈਂ ਕਾਫੀ ਡਿਟੇਲਡ ਵੀਡੀਓਜ਼ ਤੁਹਾਡੇ ਲਈ ਬਣਾਈਆਂ, ਤਾਂ ਤੁਸੀਂ ਉਹਨਾਂ ਵੀਡੀਓਜ਼ ਨੂੰ ਧਿਆਨ ਨਾਲ ਵੇਖ ਕੇ ਆਪਣੀ ਜਿਹੜੀ ਐਕਸਰਸਾਈਜ਼ ਆ ਇਸ ਕਰਨੀਆਂ। ਆਪਣਾ ਪਹਿਲਾ ਚੈਪਟਰ ਆ ਜਿਹੜਾ ਆਲਮੋਸਟ ਹੋ ਚੁੱਕਿਆ, ਤਾਂ ਤੁਸੀਂ ਪਹਿਲਾਂ ਸਿਲੇਬਸ ਨੋਟ ਕਰ ਲਓ, ਤੁਹਾਡਾ ਕਿਹੜਾ ਸਿਲੇਬਸ ਕੀ ਆ ਇਹਦਾ ਅਪ੍ਰੈਲ ਅਤੇ ਮਈ ਦਾ। ਵਾਸਤਵਿਕ ਸੰਖਿਆਵਾਂ ਪਹਿਲਾ ਚੈਪਟਰ ਆ ਤੁਹਾਡਾ, ਰੀਅਲ ਨੰਬਰਸ। ਫਿਰ ਤੁਹਾਡਾ ਸੈਕਿੰਡ ਚੈਪਟਰ ਬੇਟੇ ਬਹੁਪਦ ਪੋਲੀਨੋਮੀਅਲਸ, ਠੀਕ ਹੈ। ਫਿਰ ਤੁਹਾਡਾ ਨੈਕਸਟ ਚੈਪਟਰ ਆ ਚੈਪਟਰ 3, ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ, ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ 2 ਵੇਰੀਏਬਲਸ। ਅਤੇ ਫਿਰ ਤੁਹਾਡਾ ਲਾਸਟ ਚੈਪਟਰ 15th ਚੈਪਟਰ ਆ, 15th ਚੈਪਟਰ ਤੁਹਾਡਾ ਸੰਭਾਵਨਾ ਪ੍ਰੋਬੇਬਿਲਟੀ। ਤਾਂ ਤੁਹਾਡੇ ਇਹਨਾਂ ਦੋ ਮਹੀਨਿਆਂ ਦੇ ਵਿੱਚ 4 ਚੈਪਟਰ ਆ ਜਿਹੜੇ ਤੁਸੀਂ ਕਰਨੇ ਆ ਸਿਲੇਬਸ ਕਵਰ ਕਰਕੇ, ਨਾਲੋ ਨਾਲ ਤੁਸੀਂ ਇਹ ਚੈਪਟਰ ਆ ਜਿਹੜੇ ਉਹ ਰਿਵਾਈਜ਼ ਕਰੀ ਜਾਣੇ ਆ, ਤਾਂ ਕਿ ਸਾਨੂੰ ਲਾਸਟ ਦੇ ਵਿੱਚ ਜਾ ਕੇ ਪ੍ਰੋਬਲਮ ਨਾ ਹੋਵੇ। ਅਤੇ ਤੁਸੀਂ ਵੀਡੀਓਜ਼ ਆ ਜਿਹੜੀਆਂ ਉਹਨਾਂ ਨੂੰ ਧਿਆਨ ਨਾਲ ਦੇਖਿਆ ਕਰੋ, ਸਾਰਾ ਕੁਛ ਉੱਥੇ ਬਹੁਤ ਹੀ ਕਲੀਅਰਲੀ ਤੁਹਾਨੂੰ ਸਮਝਾਇਆ ਗਿਆ। ਤਾਂ ਠੀਕ ਹੈ, ਇਹ ਤੁਹਾਡਾ ਸਿਲੇਬਸ ਆ, ਇਹਨੂੰ ਤੁਸੀਂ ਆਪਣੀਆਂ ਫੇਅਰ ਨੋਟਬੁੱਕਸ 'ਤੇ ਨੋਟ ਕਰਕੇ ਰੱਖਣਾ, ਮੈਨੂੰ ਪਿੱਕ ਵੀ ਭੇਜਣੀਆਂ ਤੁਸੀਂ, ਤਾਂ ਕਿ ਤੁਹਾਨੂੰ ਜਦੋਂ ਵੀ ਪੁੱਛਿਆ ਜਾਵੇ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਦੋ ਮਹੀਨਿਆਂ ਦਾ ਕਿਹੜਾ ਸਿਲੇਬਸ ਆ, ਕਿੰਨਾ ਹੋ ਚੁੱਕਿਆ, ਕਿੰਨਾ ਤੁਹਾਡੀ ਕਾਪੀ 'ਤੇ ਹੋ ਗਿਆ, ਕਿੰਨਾ ਰਹਿੰਦਾ, ਇਹ ਤੁਹਾਨੂੰ ਸਾਰਾ ਪਤਾ ਹੋਣਾ ਚਾਹੀਦਾ। ਤਾਂ ਇਹ ਤੁਹਾਡਾ 6th ਤੋਂ ਲੈ ਕੇ 10th ਕਲਾਸ ਤੱਕ ਸਾਰੇ ਸਿਲੇਬਸ ਆ ਗਿਆ ਦੋ ਮਹੀਨਿਆਂ ਦਾ ਬੇਟੇ, ਅਪ੍ਰੈਲ ਅਤੇ ਮਈ ਦਾ। ਤੁਸੀਂ ਇਸ ਸਿਲੇਬਸ ਨੂੰ ਆਪਣੀਆਂ ਕਾਪੀਆਂ 'ਤੇ ਨੋਟ ਕਰਕੇ ਅਤੇ ਸੀਰੀਅਸਲੀ ਪੜ੍ਹਨਾ ਸ਼ੁਰੂ ਕਰੋ। ਥੈਂਕ ਯੂ।